ਸਤਿ ਸ਼੍ਰੀ ਅਕਾਲ ਜੀ ਸਾਰੇ ਮੇਰੇ ਵੀਰਾਂ ਨੂੰ ਤੇ ਮੈਂ ਤੁਹਾਡਾ ਛੋਟਾ ਵੀਰ ਕਪਲ ਸ਼ਰਮਾ ਤੇ ਆਹ ਜਿਹੜੀ ਵੀਡੀਓ ਨਾ ਹਰ ਇੱਕ ਗਰੁੱਪ ਚ ਜਾਣੀ ਚਾਹੀਦੀ ਹੈ ਸ਼ੇਅਰ ਜ਼ਰੂਰ ਕਰ ਦਿਓ ਹਰ ਇੱਕ ਗਰੁੱਪ ਚ ਫੇਸਬੁੱਕ WhatsApp ਹਰ ਇੱਕ ਗਰੁੱਪ ਚ ਆ ਵੀਡੀਓ ਚਾਹੀਦੀ ਹੈ ਜਿਹੜੀ ਮੈਂ ਹੁਣ ਗੱਲ ਕਰਨ ਲੱਗਾ ਤੇ ਆਹ ਜਿਹੜੇ ਪਸੀਨ ਪਸੂਣ ਵਰਗੇ ਨਾ ਸੰਜੀਵ ਪਸੀਨ ਪਸੂਣ ਜੇ ਬੱਚੇ ਬੁੱਚੇ ਜੇ ਇਹਨਾਂ ਨੂੰ ਕਹ ਬਕਵਾਸ ਬਾਜ਼ੀ ਬੰਦ ਕਰ ਦਿਓ ਆਪਣੇ ਜੇ ਇਹਨਾਂ ਨੇ ਕਿਸਾਨਾਂ ਦੇ ਖਿਲਾਫ ਮੈਂ ਪਹਿਲਾਂ ਵੀ ਇਹ ਜਿਹੜੀ ਬਿਆਨਬਾਖ ਕਰ ਚੁੱਕਾ ਹਾਂ ਵੀ ਸਾਡਾ ਹਿੰਦੂਆਂ ਦਾ ਇਹਨਾਂ ਨਾਲ ਕੋਈ ਮਤਲਬ ਨਹੀਂ ਆ ਇਹ ਜੋ ਵੀ ਆਪਣੇ ਐਵੇਂ ਧਰਮ ਦੀ ਜਿਹੜੀ ਰਾਜਨੀਤੀ ਕਰ ਰਹੇ ਨਾ ਇਹਨਾਂ ਨੂੰ ਬੰਦ ਕਰ ਦਿਓ ਜੇ ਤੁਸੀਂ ਕਿਸਾਨਾਂ ਦੇ ਹੱਕ 'ਚ ਨਹੀਂ ਆ ਸਕਦੇ ਤਾਂ ਉਹਦੀ ਵਿਰੋਧਤਾ ਦੇ ਵਿੱਚ ਜੋ ਇਹ ਬਿਆਨ ਦਿੱਤਾ ਤੁਸੀਂ ਬਾਜ਼ ਆ ਜਾਓ ਬੰਦੇ ਦੇ ਪੁੱਤ ਬਣ ਜਾਓ ਇੱਕ ਉਹ ਜਿਹੜੀ ਬੀਬੀ ਸਿਰ ਤੇ ਪਟਕਾ ਉਹਨੇ ਬੰਨਿਆ ਵਾ ਤੇ ਨਾਲ ਉਹਨੇ ਭਗਵੇਂ ਕੱਪੜੇ ਪਾਏ ਆ ਉਹਨੂੰ ਵੀ ਮੇਰਾ ਉਹਨੂੰ ਵੀ ਸਲਾਹ ਆ ਵੀ ਬਾਜ ਆ ਜਾ ਮੈਂ ਤੂੰ ਇੱਕ ਔਰਤਾਂ ਮੈਂ ਕੋਈ ਭਦੀ ਸ਼ਬਦਾਵਲੀ ਨਹੀਂ ਵਰਤਣਾ ਚਾਹੁੰਦਾ ਕਿਸੇ ਨੂੰ ਵੀ ਭਦੀ ਸ਼ਬਦਾਵਲੀ ਨਹੀਂ ਪਰ ਇਹ ਆ ਵੀ ਤੁਹਾਨੂੰ ਇਹ ਜ਼ਰੂਰ ਮੈਂ ਕਹਿਣਾ ਚਾਹੁੰਦਾ ਵੀ ਬੰਦੇ ਬਣ ਜਾਓ ਇਹ ਕਿਸਾਨੀ ਸੰਘਰਸ਼ ਸਾਡੀ ਭਾਈਚਾਰ ਕਿਸਾਨ ਦੀ ਲੜਾਈ ਆ ਸਾਡੀ ਹੋਣ ਦੀ ਲੜਾਈ ਆ 70% ਹਿੰਦੂ ਜਿਹੜੇ ਆ ਕਿਸਾਨ ਆ ਜੇ ਲੜਾਈ ਅਸੀਂ ਅੱਜ ਜੇ ਇਕੱਠੇ ਹੋ ਕੇ ਨਹੀਂ ਲੜਦੇ ਤੇ ਕੱਲ ਨੂੰ ਇਹ ਜਿਹੜੀ ਸਾਡੇ ਤੇ ਵੀ ਆਉਣੀ ਆ ਇਹ ਕਰਕੇ ਤੁਸੀਂ ਬਾਜ਼ ਆ ਜਾਓ ਸ਼ਿਵਸਾਨਾ ਵਾਲੇ ਵੀਰੋ ਆਪਣਾ ਕੰਮ ਜਿਹੜਾ ਤੁਸੀਂ ਆਪਣਾ ਕੰਮ ਕਰੋ ਜਿਹੜਾ ਸਾਨੂੰ ਆਪਣਾ ਕੰਮ ਕਰਨ ਦਿਓ ਇਹਨੂੰ ਧਰਮ ਦੀ ਲੜਾਈ ਨਾ ਬਣਾਓ ਕਿਉਂਕਿ ਇਹ ਲੜਾਈ ਅਸੀਂ ਜਿਹੜੇ ਇਕੱਠੇ ਹੋ ਕੇ ਲੜ ਰਹੇ ਆ ਸਾਰੇ ਤੇ ਤੁਸੀਂ ਬੰਦੇ ਦੇ ਪੁੱਤ ਬਣੋ ਮੈਂ ਤੁਹਾਨੂੰ ਦੱਸਦਾ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਵੀਰੋ ਇਹ ਹਰ ਇੱਕ ਦੇ ਜਾਣੀ ਚਾਹੀਦੀ ਉਹਨਾਂ ਤੱਕ ਪਹੁੰਚਣੀ ਜ਼ਰੂਰ ਚਾਹੀਦੀ ਕਿਉਂਕਿ ਗਾੜੀ ਉਹ ਕੋਈ ਵੀ ਬਿਆਨ ਦੇਣ ਤੋਂ ਪਹਿਲਾਂ ਸੋਚਣ ਵੀ ਅਸੀਂ ਕੀ ਕਹਿਣ ਲੱਗੇ ਇਹ ਹਿੰਦੂਆਂ ਦੁਆਹੀਂ ਕੋਈ ਨਹੀਂ ਜੇ ਸ਼ਿਵ ਜਨ ਵਾਲੇ ਤੁਹਾਡੇ ਨਾਲ ਠੀਕ ਹੈ ਅਸੀਂ ਆਪਣੇ ਭਰਾਵਾਂ ਦੇ ਨਾਲ ਜੇ ਅਸੀਂ ਆਪਣੇ ਜੱਟ ਸਿੱਖ ਭਰਾਵਾਂ ਦੇ ਨਾਲ ਜੇ ਇਕੱਠੋ ਕੇ ਉਹਨਾਂ ਦੇ ਨਾਲ ਜੇ ਧੰਨਵਾਦ